ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਇੱਕ ਵਾਰ ਫਿਰ ਅਨੰਦਪੁਰ ਸਾਹਿਬ ਤੋਂ ਲਾਈਵ ਇੱਥੇ ਜਲੇਬੀਆਂ ਦੇ ਲੰਗਰ, ਰਸਗੁੱਲੇ, ਗੁਲਾਬ ਜਾਮਣ, ਬ੍ਰੈਡਾਂ ਦੇ ਲੰਗਰ ਤੇ ਬਹੁਤ ਦੇਖਣ ਨੂੰ ਮਿਲਦੇ ਨੇ। ਪਰ ਮਨੁੱਖਤਾ ਦੇ ਭਲਾਈ ਦੇ ਲਈ ਇੱਕ ਕਾਰਜ ਰੰਭਿਆ ਇਹਨਾਂ ਵੀਰਾਂ ਨੇ, ਵਿੱਚ ਦੁਨੀਆ ਸੇਵ ਕਮਾਈ ਹੈ ਤਾਂ ਦਰਗਹਿ ਵੈਸਣ ਪਾਈ ਹੈ ਦੇ ਸਿਧਾਂਤ 'ਤੇ ਚੱਲਦਿਆਂ ਹੋਇਆ ਇਹਨਾਂ ਵੀਰਾਂ ਨੇ ਦਵਾਈਆਂ ਦਾ ਲੰਗਰ ਲਾਇਆ ਹੈ ਜੀ, ਦਵਾਈਆਂ ਦਾ ਲੰਗਰ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਤੁਸੀਂ ਦਵਾਈਆਂ ਦਾ ਲੰਗਰ ਲਾਇਆ ਹੈ, ਸਭ ਤੋਂ ਪਹਿਲਾਂ ਤਾਂ ਦੱਸੋ ਵੀ ਕਿਹੜੇ ਟਰੱਸਟ ਵੱਲੋਂ ਤੁਹਾਡਾ ਇਹ ਲੰਗਰ ਲਾਇਆ ਗਿਆ ਹੈ? ਵੀਰ ਜੀ, ਇਹ ਭਾਈ ਘਨੱਈਆ ਜੀ ਸੇਵਾ ਸੁਸਾਇਟੀ ਪਿੰਡ ਰੱਤੋਵਾਲ ਲੁਧਿਆਣਾ ਤੋਂ ਲਗਾਇਆ ਗਿਆ। ਅਤੇ ਗੱਲ ਤੁਹਾਡੇ ਕਿੱਦਾਂ ਦਿਮਾਗ ਦੇ ਵਿੱਚ ਆਈ ਵੀ ਇੱਥੇ ਜਿਹੜਾ ਦਵਾਈਆਂ ਦਾ ਲੰਗਰ ਲਾਇਆ ਜਾਵੇ? ਵੀਰ ਜੀ, ਸਾਨੂੰ 2-3 ਸਾਲ ਤੋਂ ਲਗਾਤਾਰ ਹੋ ਗਏ ਇੱਥੇ ਆਉਂਦਿਆਂ ਨੂੰ, ਬਾਪੂ ਜੀ ਉਹਨਾਂ ਨੂੰ ਤਾਂ ਬਹੁਤ ਟਾਈਮ ਹੋ ਗਿਆ ਆਉਂਦਿਆਂ ਨੂੰ, ਪਰ ਇੱਥੇ ਹੋਰ ਲੰਗਰ ਬਹੁਤ ਨੇਗੇ, ਜਿੱਦਾਂ ਤਲਿਆ ਹੋਇਆ ਜਾਂ ਹੋਰ ਵੀ ਸਮਾਨ, ਪਰ ਕੋਈ ਵੀ ਡਾਕਟਰੀ ਸਹੂਲਤ ਨਹੀਂ ਸੀ। ਜਿਸ ਨੂੰ ਦੇਖ ਕੇ ਵੀ ਸਾਡੀ ਕਮੇਟੀ ਦੇ ਸਾਰੇ ਮੈਂਬਰਾਂ ਦੀ ਅਸੀਂ ਮੀਟਿੰਗ ਬੁਲਾਈ, ਅਤੇ ਮੀਟਿੰਗ ਬੁਲਾਉਣ ਤੋਂ ਬਾਅਦ ਅਸੀਂ ਸਾਰੇ ਨੇ ਸਲਾਹ ਕਰਨ ਤੋਂ ਬਾਅਦ ਅਸੀਂ ਡਾਕਟਰ ਨੂੰ ਅਵੇਲੇਬਲ ਕਰਕੇ ਇੱਥੇ ਕੈਂਪ ਦੀ ਤਿਆਰੀ ਕੀਤੀ, ਤਾਂ ਜੋ ਮਰੀਜ਼ਾਂ ਨੂੰ ਆਉਣ ਵਾਲੇ ਜਿੰਨੇ ਵੀ ਇੱਥੇ ਵੀ ਸ਼ਰਧਾਲੂ ਆਉਣ ਉਹਨਾਂ ਨੂੰ ਦਵਾਈਆਂ ਦਿੱਤੀਆਂ ਜਾਣ ਅਤੇ ਉਹਨਾਂ ਦੀ ਮਦਦ ਕੀਤੀ ਜਾਵੇ। ਕਿੱਦਾਂ ਦੇ ਮਰੀਜ਼ ਤੁਹਾਡੇ ਕੋਲ ਇੱਥੇ ਆਏ ਨੇ ਤੁਹਾਡੇ ਇਸ ਦਵਾਈਆਂ ਦੇ ਲੰਗਰ ਦੇ ਵਿੱਚ? ਬਹੁਤ ਮਰੀਜ਼ ਆਉਂਦੇ ਆ, ਕੱਲ੍ਹ ਇੱਕ ਬਾਪੂ ਜੀ ਆਏ ਬਜ਼ੁਰਗ 70 ਸਾਲ ਦੇ ਸੀ, ਉਹਨਾਂ ਨੂੰ ਗੱਡੀ ਵਾਲਾ ਮਾਰ ਕੇ ਛੱਡ ਗਿਆ ਅਤੇ ਸਾਡੇ ਕੋਲ ਉਹ ਛੱਡ ਗਿਆ ਵੀ ਤਾਂ ਪੱਟੀਆਂ ਕਰ ਦਿਓ। ਅਸੀਂ ਪੱਟੀਆਂ ਫਸਟ ਏਡ ਦਿੱਤੀ ਉਹਨਾਂ ਨੂੰ, ਫਿਰ ਉਹਨਾਂ ਨੂੰ ਸਿਵਲ ਹਸਪਤਾਲ ਲੈ ਕੇ ਗਏ, ਸਿਵਲ ਹਸਪਤਾਲ ਤੋਂ ਉਹਨਾਂ ਦੇ ਟ੍ਰੀਟਮੈਂਟ ਕਰਵਾ ਕੇ ਫਿਰ ਉਹਨਾਂ ਨੂੰ ਉਹਨਾਂ ਦੇ ਕੈਂਪ ਵਿੱਚ ਪਹੁੰਚਦੇ ਕਰਿਆ। ਬਹੁਤ ਇਸ ਤਰ੍ਹਾਂ ਸੱਟਾਂ ਲੱਗੀਆਂ ਮਰੀਜ਼ ਆ ਰਹੇ ਆ, ਪੱਟੀਆਂ ਕਰਵਾਉਣ ਬਹੁਤ ਆ ਰਹੇ ਆ। ਧੰਨਵਾਦ ਜੀ। ਇਹ ਲੰਗਰ ਲਾਉਣ ਦਾ ਤੁਹਾਡਾ ਮੇਨ ਮਕਸਦ ਕੀ ਹੈ ਜੀ? ਸਾਡਾ ਮੇਨ ਮਕਸਦ ਆ ਜੀ, ਬਾਬੇ ਨਾਨਕ ਦੇ ਸਿਧਾਂਤ ਨੂੰ ਘਰ ਘਰ ਪਹੁੰਚਾਉਣਾ ਅਤੇ ਲੋੜਵੰਦਾਂ ਦੀ ਮਦਦ ਕਰਨਾ ਹੈ ਜੀ। ਹਾਂਜੀ ਬਜ਼ੁਰਗੋ, ਕੀ ਪ੍ਰੋਬਲਮ ਆਈ ਹੈ ਜੀ? ਇੱਕ ਰੱਸੀ ਪਈ ਸੀ ਜੀ ਇੱਥੇ। ਅੱਛਾ ਜੀ। ਉਹ ਮੇਰਾ ਪੈਰ, ਪਹਿਲਾਂ ਮੇਰਾ ਪੈਰ ਉਹਦੇ ਵਿੱਚ ਚੜਿਆ ਤੇ ਪਿੱਛੋਂ ਕਿਸੇ ਦਾ ਹੋਰ ਪੈਰ ਰੱਖਿਆ ਸੀ। ਠੀਕ ਹੈ ਜੀ। ਉਹ ਉਲਝ ਕੇ ਨਾਲ ਦੀ ਨਾਲ ਚੱਡਾ ਲੱਗ ਗਿਆ ਜੀ। ਠੀਕ ਹੈ ਜੀ। ਧੰਨਵਾਦ ਕਰਨਾ ਬਣਦਾ ਹੈ ਜੀ ਇਹਨਾਂ ਵੀਰਾਂ ਦਾ ਜਿਨ੍ਹਾਂ ਨੇ ਇੱਕ ਮਨੁੱਖਤਾ ਦੀ ਭਲਾਈ ਦੇ ਲਈ ਕਾਰਜ ਰੰਭਿਆ ਹੈ। ਅਸੀਂ ਇਹਨਾਂ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਅਤੇ ਮੈਸੇਜ ਦਿੰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਵੀ ਜਾਗਰੂਕ ਹੋਣ ਅਤੇ ਇਹਨਾਂ ਦੀ ਇਸ ਵਿਚਾਰਧਾਰਾ ਦੇ ਨਾਲ ਜੁੜਨ, ਮਨੁੱਖਤਾ ਦੇ ਭਲਾਈ ਦੇ ਕਾਰਜ ਇਸ ਸੰਸਾਰ ਦੇ ਉੱਤੇ ਅਸੀਂ ਰਲ ਮਿਲ ਕੇ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।